ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਨਹੀਂ ਜਿਸ ਦਾ ਕੋਈ ਸਾਨੀ, ਉਸ ਗੁਰੂ ਲਸਾਨੀ ਦੀ ਗੱਲ ਕਰੀਏ। 26 ਸਾਲ ਜਿਸ ਨੇ ਭੋਰੇ 'ਚ ਤਪ ਕੀਤਾ, ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ। ਦਿੱਤੀ ਗਈ ਜੋ ਚਾਂਦਨੀ ਚੌਂਕ ਵਿੱਚ ਇਸ ਪਾਵਨ ਕੁਰਬਾਨੀ ਦੀ ਗੱਲ ਕਰੀਏ। ਹਿੰਦ ਦੀ ਚਾਦਰ, ਧਰਮ ਦੀ ਚਾਦਰ ਦੇ ਨਾਂ 'ਤੇ ਜਾਣੇ ਜਾਣ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਜੋਤ ਰੂਪ ਵਿੱਚ ਸਿੱਖ ਧਰਮ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਮੈਨੂੰ ਅੱਜ ਬੋਲਣ ਦਾ ਮੌਕਾ ਮਿਲਿਆ, ਮੈਨੂੰ ਇਸ ਗੱਲ ਦਾ ਮਾਣ ਹੈ। 1 ਅਪ੍ਰੈਲ 1621 ਵਿੱਚ ਮਾਤਾ ਨਾਨਕ ਜੀ ਦੀ ਕੁੱਖੋਂ ਅੰਮ੍ਰਿਤਸਰ ਵਿੱਚ ਜਨਮੇ 9ਵੇਂ ਪਾਤਸ਼ਾਹ ਨੂੰ ਕਸ਼ਮੀਰੀ ਪੰਡਿਤਾਂ ਵੱਲੋਂ ਸ਼ਰਨ ਵਿੱਚ ਜਾ ਕੇ ਹਿੰਦੂ ਧਰਮ ਦੀ ਰੱਖਿਆ ਲਈ ਪੁਕਾਰੇ ਜਾਣ ਕਰਕੇ ਤਿਲਕ ਜੰਜੂ ਦੇ ਰਾਖੇ ਵਜੋਂ ਵੀ ਜਾਣਿਆ ਜਾਂਦਾ ਹੈ। 14 ਸਾਲਾਂ ਦੀ ਉਮਰ ਵਿੱਚ ਕਰਤਾਰਪੁਰ ਵਿਖੇ ਚੰਗੀ ਤਲਵਾਰਬਾਜ਼ੀ ਦਿਖਾਉਣ ਕਰਕੇ ਆਪ ਜੀ ਸ਼੍ਰੀ ਤਿਆਗਮੱਲ ਜੀ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਂ ਨਾਲ ਜਾਣੇ ਜਾਣ ਲੱਗੇ। ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਭੂ ਗੁਣ ਭਰਪੂਰ ਖਾਲਸੇ ਦੀ ਜਿਹੜੀ ਤਸਵੀਰ ਉਕੇਰੀ ਗਈ ਸੀ, ਸਹਿਜ ਅਤੇ ਸਰਬ ਹਿਤਕਾਰੀ ਸੁਭਾਅ ਵਾਲੇ 9ਵੇਂ ਪਾਤਸ਼ਾਹ ਜੀ ਨੇ ਨਿਮਾਣਿਆਂ ਨੂੰ ਮਾਣ ਅਤੇ ਬੇਆਸਰਿਆਂ ਨੂੰ ਆਸਰਾ ਬਖਸ਼ ਕੇ ਇਸ ਤਸਵੀਰ ਵਿੱਚ ਸਰਬ ਕਲਿਆਣ ਦੇ ਨਵੇਂ ਰੰਗ ਭਰ ਦਿੱਤੇ। ਹੋਸ਼ ਜਾਲਿਮ ਨੇ ਗੁਰੂ ਜੀ ਦੇ ਮੁਰੀਦ ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਅੰਤ ਮਿਤੀ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿਖੇ ਜਲਾਲਦੀਨ ਨੇ ਤਲਵਾਰ ਨਾਲ ਵਾਰ ਕਰਕੇ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲ ਅਲੱਗ ਕਰ ਦਿੱਤਾ। ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਈਤੀ ਜਿਨ ਕਰੀ, ਸੀਸ ਦੀਆ ਪਰ ਸੀਸ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਇਸ ਪ੍ਰਕਾਰ ਸਿੱਖ ਧਰਮ ਹੇਤ ਸਾਕਾ ਦੇ ਸੁਨਹਿਰੇ ਇਤਿਹਾਸ ਨਾਲ ਭਰਪੂਰ ਹੋ ਗਿਆ। ਇਹ ਸ਼ਹੀਦੀ ਸਿੱਖ ਕੌਮ ਦੇ ਨਾਂ ਨਾਲ ਪੂਰੀ ਮਨੁੱਖਤਾ ਨੂੰ ਵੀ ਸਵੈ ਵਿਸ਼ਵਾਸ ਅਤੇ ਸਵੈ ਮਾਣ ਨਾਲ ਜੀਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਨਾ ਇਨਸਾਫੀ ਦੇ ਖਿਲਾਫ਼ ਜੂਝ ਮਰਨ ਦਾ ਚਾਹ ਪੈਦਾ ਕਰਦੀ ਹੈ। ਐਸੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।